बिस्मिल्लाहिर्रहमानिर्रहीम, अस्सलाम वालेकुम मेरे बहन भाइयों, अल्लाह तुम खुश रखे, शाद आबाद रखे। तेरा अपना चैनल आशा फैमिली व्लॉग जन सब्सक्राइब दी की तां सब्सक्राइब कर दे, बेल आइकन दा बटन प्रेस कर, ताकि हर मेरा नोटिफिकेशन मेरे बहन भाइयों तक बरकत पहुंचे रहे। आज दी वीडियो कुछ इस तरह दी है। ਇਹ ਨਾ ਐਸ਼ਾ ਮੰਗ ਰਹੀ ਆ ਪਾਪੜ ਨਾਇਆ ਫਾਤਮਾ ਵਾਸਤੇ, ਤੇ ਪਾਪੜ ਲੈ ਕੇ ਆਉਣ ਲੱਗੀ ਆ ਨਾਇਆ ਫਾਤਮਾ ਵਾਸਤੇ। ਅੱਛਾ ਜੀ, ਮੇਰੇ ਭੈਣ ਭਾਈਓ, ਬਾਈ ਬਲਾਲ ਘਰ ਆਈ ਆ। ਸਭ ਤੋਂ ਪਹਿਲੇ ਇਹਦੇ ਬੇਟੇ ਦੇ ਨਾਮ ਦੀ ਵੀਡੀਓ ਬਣਾਈ ਆ, ਬਣਵਾਈ ਆ ਇਹਨਾਂ ਦੇ ਨਾਲ ਬਣਵਾ ਕੇ, ਤੇ ਹੁਣ ਅਸੀਂ ਆ ਗਏ ਉੱਪਰ ਛੱਤ 'ਤੇ, ਕਿਉਂਕਿ ਸਿਗਲਨ ਬਹੁਤ ਕੰਮ ਹੁੰਦੇ ਆ। ਇਹਦੇ ਬਾਈ ਬਲਾਲ ਦੀ ਛੱਤ 'ਤੇ ਚੜ ਜਾਈਏ ਤੇ ਫੇਰ ਸਿਗਲਨ ਠੀਕ ਹੁੰਦੇ ਆ, ਤੇ ਹੁਣ ਛੱਤ 'ਤੇ ਬੈਠੇ ਹਾਂ। ਤੇ ਹੁਣ ਬਾਈ ਬਲਾਲ ਪੜ ਕੇ ਨਾਲੇ ਮੋਬਾਈਲ ਦੇ ਸਿਗਨਲ ਡਾਊਨ ਹੋ ਗਏ ਸੀ। ਹਾਂਜੀ, ਦੂਜੇ ਆਪਣੇ ਸਿਗਨਲ ਡਾਊਨ ਹੋ ਗਏ ਗਰਮੀ ਨਾਲ। ਗਰਮੀ ਬਹੁਤ ਜ਼ਿਆਦਾ ਸੀਗੀ, ਗਰਮੀ ਸੀ ਨਾ ਬਹੁਤ ਜ਼ਿਆਦਾ, ਗਰਮੀ ਹਾਲੇ ਪਸੀਨਾ ਨਿਕਲਿਆ ਹੋਇਆ ਵਾ। ਤੇ ਅਸਲਾਮ ਵਾਲੇਕੁਮ ਮੇਰੇ ਭੈਣ ਭਾਈਓ, ਤੇ ਬਾਜੀ ਕਮੈਂਟ ਹੈਗੇ ਆ, ਸਭ ਤੋਂ ਪਹਿਲਾਂ ਕਮੈਂਟ ਤੇ ਉਹਨਾਂ ਨੇ ਬਾਜੀ ਤੁਹਾਡੇ ਵਾਸਤੇ ਇਹ ਕੀਤਾ ਵਾ ਕਿ ਤੁਸੀਂ ਨਾ ਆਪਣੇ ਰੂਮ ਦੇ ਸਾਹਮਣੇ ਕੋਈ ਤਰਪਾਲ ਵਗੈਰਾ ਇਸ ਤਰ੍ਹਾਂ ਦੀ ਨਾ ਗ੍ਰੀਨ ਮਿਲ ਜਾਂਦੀ ਆ, ਉਹਨਾਂ ਨੇ ਕਿਹਾ ਇਹ ਤੁਸੀਂ ਨਾ ਅੱਗੇ ਲਾਓ, ਤਾਂ ਕਿ ਇਹਨਾਂ ਨਾ ਜਿਹੜੀ ਗਰਮੀ ਆ ਬੜੀ ਕੰਟਰੋਲ ਹੋ ਜਾਂਦੀ। ਇੰਡੀਆ ਤੋਂ ਮੈਸੇਜ ਬਾਜੀ ਆਇਆ ਕਿਸੇ ਭੈਣ ਨੇ ਤੁਹਾਨੂੰ, ਸ਼ੁਕਰੀਆ ਮੇਰੀ ਭੈਣ ਦਾ ਜੀ ਨੇ ਮੈਨੂੰ ਇੰਡੀਆ ਤੋਂ ਮੈਸੇਜ ਕੀਤਾ ਵਾ, ਤੇ ਅੱਲਾ ਪਾਕ ਭੈਣ ਨੂੰ ਵੀ ਆਪਣੀ ਚੜ੍ਹਦੀ ਕਲਾ 'ਚ ਰੱਖੇ, ਅੱਲਾ ਤਾਲਾ ਨੂੰ ਤਰੱਕੀਆਂ ਦੇਵੇ, ਅੱਲਾ ਤਾਲਾ ਦੇ ਬੱਚਿਆਂ ਨੂੰ ਨੇਕ ਬਣਾਵੇ, ਆਮੀਨ ਸੁਮਾ ਆਮੀਨ। ਅਤੇ ਹਾਂਜੀ, ਇਨਸ਼ਾਅੱਲਾ ਮੇਰੀ ਭੈਣ ਜ਼ਰੂਰ ਕੋਸ਼ਿਸ਼ ਕਰਾਂਗੀ, ਅਤੇ ਅਗਰੀ ਨੂੰ ਲਾਉਣ ਦੀ ਅੱਗੇ ਵੀ ਹੈ ਨਾ, ਅਰਸਲਾਨ ਬੇਟਾ ਵੀ ਕਹਿ ਰਿਹਾ ਸੀਗਾ ਵੀ ਨਾ ਉਹ ਲਾਉਂਦੇ ਆਪਾਂ, ਅਤੇ ਇਨਸ਼ਾਅੱਲਾ ਮੇਰੀ ਭੈਣ ਨੇ ਸੋਹਣਾ ਕਮੈਂਟ ਕੀਤਾ ਵਾ, ਅਤੇ ਇਨਸ਼ਾਅੱਲਾ ਜ਼ਰੂਰ ਕੋਸ਼ਿਸ਼ ਕਰਾਂਗੀ। ਅਤੇ ਇੱਕ ਭੈਣ ਨੇ ਕਮੈਂਟ ਕੀਤਾ, ਮਾਸ਼ਾਅੱਲਾ ਵੈਰੀ ਨਾਈਸ ਵਲੌਗ, ਥੈਂਕ ਯੂ ਆਪੇ ਜੀ, ਸ਼ੁਕਰੀਆ ਜੀ, ਸ਼ੁਕਰੀਆ। ਔਰ ਇੱਕ ਭੈਣ ਨੇ ਕਮੈਂਟ ਕੀਤਾ ਕਿ ਬਾਜੀ ਉਹਨਾਂ ਨੇ ਕਿਹਾ ਵਾ ਤੁਹਾਨੂੰ ਕਿ ਨਾ ਤੁਸੀਂ ਮੰਜੇ ਤੁਸੀਂ ਬਣਵਾ ਲਓ, ਚੰਗੇ ਨਹੀਂ ਲੱਗਦੇ ਹੈਗੇ ਮੰਜੇ ਨਾ ਤੁਹਾਡੇ। ਚਾਰ ਪਾਈ ਮੇਰੇ ਭੈਣ ਬਾਈ, ਉਹ ਸਿਰਫ ਇੱਕ ਟੁੱਟੀ ਰਹਿ ਗਈ ਆ, ਅਤੇ ਇਹ ਵੀ ਕਿਉਂਕਿ ਮੈਂ ਬੱਕਰੀਆਂ ਦੇ ਅੱਗੇ ਉੱਥੇ ਜਿਹੜੇ ਵੀ ਇੱਦਾਂ ਨਾ ਜਾਲ ਜਲ ਆਇਆ ਸੀ, ਤਾਂ ਉਹਦੇ ਅੱਗੇ ਨੀਚੇ ਲੰਮੀ ਸੀਗੀ, ਅਤੇ ਇੱਕ ਸਿਰਫ ਟੁੱਟੀ ਰਹਿ ਗਈ ਆ ਚਾਰ ਪਾਈ, ਅਤੇ ਬਾਕੀ ਜਿਹੜੀਆਂ ਮੈਂ ਮੇਰੇ ਭੈਣ ਬਾਈਆਂ ਨੇ ਦੇਖੀਆਂ ਮੇਰੇ ਵਲੌਗ ਵਿੱਚ, ਮੈਂ ਆਪਣੀਆਂ ਸਾਰੀਆਂ ਨਾਲ ਲਈਆਂ ਸੀਗੀਆਂ, ਅਤੇ ਇੱਕ ਰਹਿ ਗਈ ਇਨਸ਼ਾਅੱਲਾ, ਇਹਨੂੰ ਮੈਂ ਸੈੱਟ ਕਰਾ ਲੈਣਾ ਵਾ, ਬਾਕੀ ਬਿਲਕੁਲ ਨਹੀਂ ਅੱਛੀਆਂ ਲੱਗਦੀਆਂ ਹੈਗੀਆਂ। ਅਤੇ ਇੱਕ ਭੈਣ ਨੇ ਕਮੈਂਟ ਕੀਤਾ ਵਾ ਕਿ ਆਂਟੀ ਜੀ ਅੱਲਾ ਪਾਕ ਰਿਜ਼ਕ ਵਿੱਚ ਬਰਕਤ ਦੇਵੇ, ਅੱਲਾ ਪਾਕ ਸਾਡੀਆਂ ਔਰ ਤੁਹਾਡੀਆਂ ਸਾਰੀਆਂ ਦੁਆਵਾਂ ਕਬੂਲ ਮਨਜ਼ੂਰ ਹੋਣ ਆਪਣੀ ਗਾਰ ਬਾਰਗਾਹ ਦੇ ਵਿੱਚ, ਆਮੀਨ ਸੁਮਾ ਆਮੀਨ। ਔਰ ਇੱਕ ਭੈਣ ਨੇ ਕਮੈਂਟ ਕੀਤਾ, ਮਾਸ਼ਾਅੱਲਾ ਨਾਈਸ ਵੀਡੀਓ, ਫਿਰ ਭੈਣ ਨੇ ਕਮੈਂਟ ਕੀਤਾ ਮਾਸ਼ਾਅੱਲਾ ਨਾਈਸ ਵੀਡੀਓ, ਸ਼ੁਕਰੀਆ ਮੇਰੀ ਭੈਣ। ਅਤੇ ਬਾਜੀ ਫਿਰ ਤੁਹਾਡੇ ਨਾਲ ਉਹੀ ਕਮੈਂਟ ਆਇਆ ਉਹਦੇ ਬਾਰੇ ਹੀ ਨਾ, ਕਿ ਤੁਸੀਂ ਨਾ ਆਪਣੇ ਸਾਹਮਣੇ ਕੋਈ ਤਰਪਾਲ ਵਗੈਰਾ ਲਾ ਲਓ, ਤਾਂ ਕਿ ਤੁਹਾਡਾ ਨਾ ਗਰਮੀ ਵਿੱਚ ਤੁਸੀਂ ਹਾਂਜੋ ਟਿਕਾ ਤੇ ਸਾਨੂੰ ਚੰਗਾ ਨਹੀਂ ਲੱਗਦਾ ਹੈਗਾ, ਗਰਮੀ ਬਹੁਤ ਜ਼ਿਆਦਾ ਹੁੰਦੀ ਆ। ਵਾਕੇ ਬਹੁਤ ਜ਼ਿਆਦਾ ਗਰਮੀ ਹੋਈ, ਇੰਨੀ ਕੀ ਆ ਵੀ ਮੇਰੇ ਭੈਣ ਭਾਈ ਉੱਥੇ ਬੈਠਾ ਨਹੀਂ ਜਾਂਦਾ ਹੈਗਾ। ਮੇਰੇ ਭੈਣ ਭਾਈ ਪਤਾ ਉੱਥੇ ਤਾਂ ਮੇਰਾ ਕੱਚਾ ਕਿਚਨ ਸੀਗਾ, ਉਹਦੀਆਂ ਮੌਜਾਂ ਆਪਣੀਆਂ ਸੀ, ਅਤੇ ਇਨਸ਼ਾਅੱਲਾ ਮੇਰੇ ਭੈਣ ਭਾਈਆਂ ਦੀ ਦੁਆ ਦੇ ਨਾਲ ਉਹ ਵੀ ਐਸ਼ਾ ਬੇਟੀ ਦਾ ਫਰਜ਼ ਅਦਾ ਕਰਕੇ, ਅਤੇ ਇਨਸ਼ਾਅੱਲਾ ਬਹੁਤ ਜਲਦੀ ਵੀ ਅਸੀਂ ਉੱਥੇ ਬਣਾਵਾਂਗੇ, ਉਹ ਖੁੱਲ੍ਹਾ ਖੁੱਲ੍ਹਾ ਸੇਨ ਫੇਰ ਬਣਾਉਂਗੀ। ਅਤੇ ਇੱਕ ਭੈਣ ਨੇ ਕਮੈਂਟ ਕੀਤਾ ਕਿ ਮਾਸ਼ਾਅੱਲਾ ਨਾਈਸ ਵੀਡੀਓ, ਕਾਂਗਰੈਚੁਲੇਸ਼ਨ, ਇਹ ਕਿਸੇ ਦੀ ਬਾਜੀ ਮੁਬਾਰਕਬਾਦ ਆਈ ਤੁਹਾਨੂੰ ਕਿਸ ਚੀਜ਼ ਤੋਂ? ਕਾਂਗਰੈਚੁਲੇਸ਼ਨ, ਹਾਂ ਕੋਈ ਉਹਨਾਂ ਨੇ ਮੁਬਾਰਕਬਾਦ ਦੀ ਤੁਹਾਨੂੰ ਕਿਸੇ ਚੀਜ਼ ਦੀ ਨਾ? ਚਲੋ ਜੀ, ਖੈਰ ਮੁਬਾਰਕ, ਜੋ ਵੀ ਇਹਦਾ ਵੀ ਹੋਊਗਾ ਫਿਰ ਮੇਰੇ ਭੈਣ ਉਹ ਮੈਨੂੰ ਨੀਚੇ ਦੱਸੇ ਕਮੈਂਟ ਕਰਕੇ ਵੀ ਕਾਂਗਰੈਚੁਲੇਸ਼ਨ ਬਹੁਤ ਅੱਛਾ, ਵੀ ਮੁਬਾਰਕ ਸਮਝ ਲਓ ਕਿ ਮੁਬਾਰਕਬਾਦ ਦਿੱਤੀ ਕਿਸ ਚੀਜ਼ ਦੀ ਨਾ, ਸ਼ਾਇਦ ਉਹ ਮੇਰੇ ਬੇਟੀ ਦੀ ਜਾਂ ਫਿਰ ਇਸ ਤਰ੍ਹਾਂ ਵਾਅਦਾ ਕਰਦਾ ਹੋਵੇ। ਮੇਰੀ ਤਰਫੋਂ ਵੀ ਮੇਰੇ ਮੈਨੂੰ ਬਹਿਣ ਭਾਈ ਨੂੰ ਅਸਲਾਮ ਵਾਲੇਕੁਮ ਰਹਿਮਤੁਲਾਹ ਵਬਰਕਾਤੁਹ, ਕਿਉਂਕਿ ਇਸ ਟਾਈਮ ਕੈਮਰਾ ਮੈਨ ਮੈਂ ਬਹਿਣ ਭਾਈ ਉਹ, ਕਿਉਂਕਿ ਜਿਹੜਾ ਇਹ ਕੰਜਰਾ ਟੂ ਲੇਟ ਕਾਂਗਰੈਚੁਲੇਸ਼ਨ ਨਾ, ਮੈਂ ਜਦੋਂ ਸਕੂਲ ਪੜ੍ਹਦਾ ਸੀ ਨਾ, ਇਹ ਮੇਰੇ ਦੋਸਤ ਮੈਨੂੰ ਬੜਾ ਹੁਣ ਵੀ ਕਦੇ ਛੇੜ ਦਿੰਦੇ ਕਿ ਅਸਲਾਨ ਕਾਂਗਰੈਚੁਲੇਸ਼ਨ ਨੂੰ ਪੜ੍ਹੀ ਤੂੰ ਕੀ ਕਹਿੰਦਾ, ਤਾਂ ਮੈਨੂੰ ਪੜ੍ਹਦਾ ਨਾ ਸੀ ਕੰਜਰਾ ਟੂ ਲੇਟ, ਯਾਨੀ ਕਾਂਗਰੈਚੁਲੇਸ਼ਨ ਨੂੰ, ਠੀਕ ਨਾ, ਕਿ ਮੇਰੀ ਜ਼ਬਾਨ ਨਹੀਂ ਸੀ ਇਹ ਲਫ਼ਜ਼ ਚੜ੍ਹਦਾ ਹੈਗਾ। ਅਤੇ ਅੱਜ ਵੀ ਮੇਰੇ ਦੋਸਤ ਮੈਨੂੰ ਮਿਲਦੇ ਆ, ਮੈਨੂੰ ਬਹੁਤ ਯਾਨੀ ਛੇੜਦੇ ਆ, ਠੀਕ ਹੈ, ਅਤੇ ਇਹ ਬਹੁਤ ਸ਼ੁਕਰੀਆ ਮੇਰੀ ਭੈਣ ਦਾ। ਮੇਰੀ ਭੈਣ ਨੇ ਮੈਨੂੰ ਤਾਂ ਮੇਰਾ ਇਹੀ ਦੁਆ ਦਿਲ ਮੰਨਦਾ ਕਿ ਭੈਣ ਕਮੈਂਟ ਕੀਤਾ ਹੋਊਗਾ ਕਿ ਸਰਾ ਚਾਚੂ ਦੇ ਬੇਟੇ ਦੇ ਬਾਰੇ, ਠੀਕ ਹੈ ਨਾ, ਅਤੇ ਬਹੁਤ ਸ਼ੁਕਰੀਆ, ਜਾਂ ਘਰ ਦੇ ਬਾਰੇ ਕੀਤਾ ਹੋਊਗਾ, ਇਹ ਬਸ ਇਹ ਦੋ ਰੀਜ਼ਨ ਹੋ ਸਕਦੇ।
ਹਾਂ ਸਾਰੀ ਜੀ ਗੱਲ ਆ। ਹਾਂਜੀ ਤੇ ਇੱਕ ਬਾਜੀ ਭੈਣ ਨੇ ਕਮੈਂਟ ਕੀਤਾ ਕਿ ਜਿਹੜੇ ਜਿਸ ਟਾਈਮ ਧੁੱਪ ਨਿਕਲੀ ਹੋਵੇ ਔਰ ਬਾਰਿਸ਼ ਹੋ ਰਹੀ ਹੋਵੇ ਨਾ ਤੇ ਉਸ ਟਾਈਮ ਦੁਆ ਵਗੈਰਾ ਕਰਨੀ ਚਾਹੀਦੀ ਆ, ਦੁਆ ਕਬੂਲ ਹੁੰਦੀ ਆ ਉਸ ਟਾਈਮ ਦੇ ਵਿੱਚ ਨਾ। ਤੇ ਬਿਲਕੁਲ ਜੀ ਇਸ ਤਰ੍ਹਾਂ ਕੋਈ ਸ਼ੱਕ ਨਹੀਂ। ਹਾਂਜੀ ਐਸ਼ਾ ਬੇਟੀ ਹੈ ਨਾ ਉਦਣ ਦਬ ਦਬ ਗਈ ਆ ਜਾ ਕੇ ਤੇ ਨਾ ਕਿੰਨਾ ਚਿਰ ਖੜੀ ਰਹੀ ਦੁਆ ਮੰਗਦੀ ਰਹੀ ਤੇ ਨਾ ਅਸੀਂ ਕਿਹਾ ਵੀ ਇਹ ਕੀ ਕਰਨ ਲਈ, ਕਹਿੰਦੀ ਵੀ ਤੁਹਾਨੂੰ ਨਹੀਂ ਪਤਾ ਹੈਗਾ ਮੈਨੂੰ ਪਤਾ, ਮੈਨੂੰ ਪਤਾ ਮੈਂ ਜੋ ਵੀ ਦੁਆ ਮੰਗੀ ਆ ਤੇ ਵਾਕਿਆ ਐਸ਼ਾ ਦੁਆ ਮੰਗ ਰਹੀ ਸੀ। ਜੇ ਅਗਰ ਐਵੇਂ ਅੱਛੀ ਗੱਲ ਪਤਾ ਹੋਵੇ ਤਾਂ ਸ਼ੇਅਰ ਕਰਨੀ ਚਾਹੀਦੀ ਨਾ, ਮੇਰੀ ਭੈਣ ਨੇ ਸ਼ੇਅਰ ਕੀਤੀ ਨਾ, ਬਿਲਕੁਲ ਪਤਾ ਚੱਲ ਜਾਂਦਾ, ਮੇਰੀ ਭੈਣ ਨੇ ਸ਼ੇਅਰ ਕੀਤੀ ਨਾ ਸਾਨੂੰ ਪਤਾ ਚੱਲ ਗਿਆ ਜੀ ਐਸ਼ਾ ਬੇਟੀ ਨੇ ਦੁਆ ਮੰਗੀ ਸੀਗੀ ਤੇ ਉਹਨੇ ਆਪਣੇ ਢਿੱਡ ਦੀ ਢਿੱਡ ਰੱਖੀ, ਮੈਂ ਨਾ ਦੱਸਾਂ ਪਹਿਲੇ ਮੈਂ ਮੰਗਲਾ ਦਵਾ, ਤੁਸੀਂ ਬਹੁਤ ਚੰਗੇ ਹੋ ਬੇਟਾ, ਤਾਰੀਫ ਤਾਂ ਅੱਲਾ ਦੀ ਆ, ਅੱਲਾ ਦੀ ਤਾਰੀਫ ਆ ਜੀ। ਸ਼ੁਕਰੀਆ ਉਸ ਮੇਰੀ ਬੇਟੀ ਦਾ, ਮੇਰਾ ਮੈਨੂੰ ਕਮੈਂਟ ਕਰਨ ਦਾ ਸ਼ੁਕਰੀਆ, ਦਿਲ ਤੋਂ ਸ਼ੁਕਰੀਆ। ਜਿੰਨੀ ਮੇਰੀ ਯੂਟਿਊਬ ਫੈਮਿਲੀ ਮੈਨੂੰ ਦੇਖਦੀ ਆ ਉਹਨਾਂ ਦਾ ਦਿਲ ਤੋਂ ਸ਼ੁਕਰੀਆ, ਮੇਰੇ ਸੋਹਣੇ ਸੋਹਣੇ ਕਮੈਂਟ ਕਰਦੇ ਆ ਕਿਉਂਕਿ ਉਹ ਖੁਦ ਅੱਛੇ ਨੇ, ਹਾਂਜੀ ਖੁਦ ਬਹੁਤ ਅੱਛੇ ਨੇ, ਇਸ ਵਾਸਤੇ ਉਹਨਾਂ ਨੂੰ ਅਸੀਂ ਅੱਛੇ ਨਜ਼ਰ ਆਉਂਦੇ ਹਾਂ, ਬਿਲਕੁਲ ਇਸ ਤਰ੍ਹਾਂ ਹੀ ਆ। ਅਤੇ ਇੱਕ ਭੈਣ ਨੇ ਕਮੈਂਟ ਕੀਤਾ ਗੁੱਡ ਮਾਸ਼ਾਅੱਲਾ, ਖੁਸ਼ ਰਹੋ, ਅੱਲਾ ਪਾਕ ਤੁਹਾਨੂੰ ਹਮੇਸ਼ਾ ਖੁਸ਼ੀਆਂ ਮਾਣੇ, ਆਮੀਨ ਆਮੀਨ ਆਮੀਨ। ਉਸ ਮੇਰੀ ਭੈਣ ਨੂੰ ਵੀ ਅੱਲਾ ਤਾਲਾ ਖੁਸ਼ੀਆਂ ਦੇਵੇ, ਉਹਨਾਂ ਦੇ ਬੱਚਿਆਂ ਨੂੰ ਨੇਕ ਬਣਾਵੇ ਤੇ ਉਹਨੂੰ ਵੀ ਅੱਲਾ ਤਾਲਾ ਤਰੱਕੀਆਂ ਦੇਵੇ, ਆਮੀਨ ਸੁਮਾ ਆਮੀਨ। ਇੱਕ ਭੈਣ ਨੇ ਕਿਹਾ ਵਾ ਕਿ ਵੈਰੀ ਕੂਲ ਵੀਡੀਓ, ਮਨੀਰਾ ਸਿਸਟਰ ਇਜ਼ ਵੈਰੀ ਸਵੀਟ ਐਂਡ ਇੰਟੈਲੀਜੈਂਟ ਵੂਮਨ। ਉਹ ਕਹਿ ਰਹੇ ਕਿ ਜਿਹੜੀ ਮਨੀਰਾ ਭੈਣ ਆ ਉਹ ਬਹੁਤ ਚੰਗੀ ਆ ਔਰ ਬੜੀ ਸਮਝਦਾਰ ਔਰਤ ਆ। ਇੰਟੈਲੀਜੈਂਟ ਦਾ ਮੈਨੂੰ ਨਾ ਜੈਲਸੀ ਫੀਲ ਹੋ ਰਹੀ ਹੁਣ, ਕਿਉਂ ਉਹ ਵੀ ਨਹੀਂ ਕਹਿਣਾ ਹੁੰਦਾ, ਮੈਨੂੰ ਵੀ ਕਿਹਾ ਸੀ ਇੰਟੈਲੀਜੈਂਟ ਨਾਲ ਯਾਰ, ਮੈਂ ਪੁੱਤ ਨਹੀਂ ਆ, ਤੁਸੀਂ ਬਾਜੀ ਨੂੰ ਸਾਰੇ ਮੇਰੇ ਭੈਣ ਵਿੱਚ ਅੱਛਾ ਕਹੀ ਜਾਣੀ, ਮੈਨੂੰ ਵੀ ਕੋਈ ਕਹਿ ਦੋ, ਮੇਰੇ ਵਾਸਤੇ ਲਾਜ਼ਮੀ ਕਮੈਂਟ ਕਰਨਾ, ਅਰਮਾਨ ਨੇ ਵੀ ਅੱਜ ਸਾੜ ਮਾਰ ਦਿੱਤਾ ਇੰਟੈਲੀਜੈਂਟ ਦਾ। ਇੰਟੈਲੀਜੈਂਟ ਮੈਂ ਵੀ ਬੇਟਾ ਵਾ ਆਪਣੀ ਮਾਂ ਦਾ, ਮੈਂ ਵੀ ਮੈਨੂੰ ਵੀ ਆਖੋ ਇੰਟੈਲੀਜੈਂਟ ਆ, ਸਾਰੇ ਮੇਰੇ ਭੈਣ ਭਾਈ ਅੱਛੇ, ਸਭ ਅੱਛੇ ਆ, ਅੱਲਾ ਅੱਲਾ ਦੀ ਪੈਦਾਵਾਰ ਸਭ ਅੱਛੀ ਆ, ਬਿਲਕੁਲ। ਤੇ ਇੱਕ ਭੈਣ ਨੇ ਕਮੈਂਟ ਕੀਤਾ ਵਾ, ਉਹਨੇ ਲਿਖਿਆ ਵਾ ਕਿ ਬਹੁਤ ਜ਼ਬਰਦਸਤ ਵੀਡੀਓ ਹੈ, ਮਾਸ਼ਾਅੱਲਾ ਮਾਸ਼ਾਅੱਲਾ। ਸ਼ੁਕਰੀਆ। ਉਹਨਾਂ ਨੇ ਕਿਹਾ ਜੀ ਤੁਸੀਂ ਅਸਲਾਮ ਅਲੈਕਮ ਕਿਹਾ ਨਾ ਵੀਡੀਓ ਵਿੱਚ, ਉਹਨਾਂ ਨੇ ਤੁਹਾਨੂੰ ਆਪਸੀ ਜਵਾਬ ਦਿੱਤਾ ਵਾਲੇਕਮ ਅਸਲਾਮ। ਅਸਲਾਮ ਅਲੈਕਮ। ਉਹਨਾਂ ਨੇ ਇੱਕ ਮਿੰਟ ਆਇਆ ਵਾ ਮਰੀਮ ਵਾਸਤੇ, ਮਰੀਮ ਬੇਟੀ ਬਸ ਇੱਕ ਬੇਬੀ ਬੋਏ ਐਂਡ ਗਰਲ, ਪਹਿਲੇ ਇੱਕ ਬੇਟਾ ਵਾ ਇੱਕ ਬੇਟੀ ਆ, ਤੇ ਬਾਕੀ ਜੋ ਅੱਲਾ ਪਾਕ ਨੂੰ ਮਨਜ਼ੂਰ ਹੋਇਆ ਬਾਜੀ, ਜੋ ਅੱਲਾ ਤਾਲਾ ਨੇ ਅੱਲਾ ਤਾਲਾ ਦਾ ਹੁਕਮ ਹੋਇਆ ਉਹਨੂੰ ਮਨਜ਼ੂਰੀ ਹੋਈ, ਜੋ ਮੇਰੇ ਮਾਲਕ ਨੇ ਕਰਨਾ ਉਹ ਸਭ ਤੋਂ ਬਿਹਤਰ ਆ, ਵੀ ਅੱਲਾ ਤਾਲਾ ਤੰਦਰੁਸਤੀ ਆ ਦੇਵੇ, ਸਿਹਤ ਆਲਾ ਦੇਵੇ, ਤੇ ਦੁੱਖ ਤੋਂ ਦੁੱਖ ਸੁੱਖ ਜਿਹੜੇ ਇਨਸਾਨਾਂ ਦੇ ਨਾਲ, ਜੇ ਮੇਰੇ ਮੰਮਾ ਦਾਨਿਸ਼ ਨੂੰ ਅੱਲਾ ਤਾਲਾ ਨੇ ਦੁੱਖ ਦਿੱਤਾ ਵਾ ਤਾਂ ਸ਼ਫਾ ਵੀ ਉਹ ਮਾਲਕ ਦੇਗਾ ਇਨਸ਼ਾਅੱਲਾ, ਇਨਸ਼ਾਅੱਲਾ ਘਰ ਦੇ ਖਜ਼ਾਨੇ ਜਿਹੜੇ ਭਰੇ ਹੋਏ ਆ ਉਹਦੇ ਵਿੱਚ ਬੇਉਮੀਦ ਨਹੀਂ ਹੋਣਾ ਚਾਹੀਦਾ, ਉਮੀਦਵਾਰ ਹੋਣਾ ਚਾਹੀਦਾ, ਤੇ ਦੁੱਖ ਵੀ ਮੇਰਾ ਮਾਲਕ ਆਪਣੇ ਪਿਆਰਿਆਂ ਨੂੰ ਦਿੰਦਾ ਵਾ, ਪਿਆਰਿਆਂ ਨੂੰ ਦਿੰਦਾ, ਠੀਕ ਹੈ। ਤੇ ਮੁਹੰਮਦ ਦਾਨਿਸ਼ ਨੂੰ ਜਿੰਨਾ ਇਸ ਟਾਈਮ ਉਹਨੂੰ ਤਕਲੀਫ ਹੁੰਦੀ ਆ, ਤੇ ਉਹ ਥੋੜ੍ਹੀ ਦੇਰ ਬਾਅਦ ਹੀ ਇਤਨਾ ਐਕਟਿਵ ਹੋ ਕੇ ਫਿਰਦਾ ਮਾਲਕ, ਇਹ ਮੇਰੇ ਮਾਲਕ ਦੀ ਕਰਮ ਨਵਾਜ਼ੀ, ਅਸੀਂ ਤਾਂ ਖੁਦ ਦੇਖ ਕੇ ਪਰੇਸ਼ਾਨ ਹੋ ਜਾਈਦਾ। ਹਾਂਜੀ ਉਹ ਮੇਰੇ ਭੈਣ ਭਾਈ ਉਹ ਵਿਆਹ ਮੁਹੰਮਦ ਦਾਨਿਸ਼ ਪੈਂਦਾ ਵੀ ਕਿਸੇ ਨਾਲ ਨਹੀਂ, ਇਹ ਆਪਦੇ ਪਾਪਾ ਨਾਲ ਵੀ ਉੱਠ ਕੇ ਭੱਜ ਜਾਂਦਾ ਵਾ ਤੇ ਆਪਦੀ ਮੰਮਾ ਨਾਲ ਵੀ ਉੱਠ ਕੇ ਭੱਜ ਜਾਂਦਾ, ਤਾਂ ਪੈਣਾ ਦਾਦੀ ਨਾਲ, ਦਾਦੀ ਨਾਲ ਫਿਰ ਨਾਲ ਪੈ ਕੇ ਉੱਤੋਂ ਦੀ ਇੱਕ ਲੱਤ ਮੇਰੇ ਰੱਖ ਕੇ ਨਾਲ ਜੱਫੀ ਪਾ ਕੇ ਫਿਰ ਮੇਰੇ ਨਾਲ ਪੈਂਦਾ, ਲਾਈਟ ਆਨ ਕਰ ਲਓ ਪੁੱਛੋ ਨਾ। ਤੇ ਇੱਕ ਭੈਣ ਨੇ ਕਮੈਂਟ ਕੀਤਾ ਵੈਰੀ ਨਾਈਸ ਫਰੋਮ ਕੈਨੇਡਾ, ਇੱਕ ਭੈਣ ਨੇ ਕਮੈਂਟ ਕੀਤਾ ਸੁਬਹਾਨ ਅੱਲਾ ਸੁਬਹਾਨ ਅੱਲਾ, ਇੱਕ ਭੈਣ ਨੇ ਫਿਰ ਕਮੈਂਟ ਕੀਤਾ ਵੈਰੀ ਨਾਈਸ ਵੀਡੀਓ, ਆਮੀਨ ਮਾਸ਼ਾਅੱਲਾ ਸੁਬਹਾਨ ਅੱਲਾ ਮਾਸ਼ਾਅੱਲਾ ਵੈਰੀ ਨਾਈਸ,
ਮਾਸ਼ਾਅੱਲਾ ਮੈਂ ਜਦੋਂ ਕਮੈਂਟ ਆਪਣੇ ਭੈਣ ਭਾਈਆਂ ਸੁਣਦੀ ਮੇਰਾ ਬਹੁਤ ਦਿਲ ਖੁਸ਼ ਹੁੰਦਾ, ਬਹੁਤ ਜ਼ਿਆਦਾ ਦਿਲ ਖੁਸ਼ ਹੁੰਦਾ ਮੇਰਾ। ਇਹੀ ਇੱਕ ਪਿਆਰ ਮੁਹੱਬਤ ਹੁੰਦਾ ਵਾ ਜਿਹੜਾ ਭੈਣ ਭਰਾਵਾਂ ਕੋਲ ਮਿਲਦਾ ਵਾ, ਬਿਲਕੁਲ ਜੀ ਸਾਨੂੰ ਇਹੀ ਪਿਆਰ ਮੁਹੱਬਤ ਚਾਹੀਦਾ ਵਾ, ਸਾਨੂੰ ਪਿਆਰ ਮੁਹੱਬਤ ਦਿੰਦੇ ਆ, ਅਸੀਂ ਅੱਛੇ ਤੋਂ ਅੱਛਾ ਵਲੌਗ ਲੈ ਕੇ ਭੈਣ ਭਾਈ ਦੇ ਖਿਦਮਤ ਕਰਦੇ ਹਾਂ। ਅੱਛਾ ਜੀ, ਇੱਕ ਭੈਣ ਨੇ ਕਮੈਂਟ ਕੀਤਾ ਨਾਈਸ ਵਲੌਗ, ਮਾਸ਼ਾਅੱਲਾ ਵੈਰੀ ਨਾਈਸ ਵਲੌਗ, ਨਾਈਸ ਵੀਡੀਓ। ਔਰ ਇੱਕ ਭੈਣ ਦਾ ਕਮੈਂਟ ਆਇਆ ਵਾ ਕਿ ਹਾਂਜੀ ਇੱਕ ਭੈਣ ਦਾ ਕਮੈਂਟ ਆਇਆ ਵਾ ਕਿ ਐਸ਼ਾ ਬੇਟੀ ਵੀਡੀਓ ਮੈਂ ਕਿਉਂ ਨਹੀਂ ਆਤੇ ਬਾਜੀ। ਹਾਂਜੀ ਮੇਰੇ ਭੈਣ ਬਾਈ, ਉਹ ਐਸ਼ਾ ਬੇਟੀ ਵੇਖ ਲਿਆ ਬਸ ਹੁਣ ਵੀਡੀਓ ਵਿੱਚ ਨਹੀਂ ਹੁੰਦੀ ਹੈਗੀ, ਅਤੇ ਜਿਹਦੇ ਨਾਲ ਆਪਾਂ ਐਸ਼ਾ ਬੇਟੀ ਸ਼ਾਦੀ ਕਰਨੀ ਆ ਅਤੇ ਐਸ਼ਾ ਬੇਟੀ ਹਾਂ ਇੱਕ ਵਾਰੀ ਚੈਨਲ ਲੈ ਕੇ ਆਵਾਂਗੇ। ਫਿਰ ਐਸ਼ਾ ਬੇਟੀ ਕਹਿੰਦੀ ਮੈਂ ਨਾ ਆਪਣਾ ਚੈਨਲ ਜਾ ਕੇ ਬਣਾਉਣਾ, ਹਾਂਜੀ ਉਹ ਆਪਣੇ ਤੁਲੀ ਨੇ ਆਪਣੇ ਚੈਨਲ ਬਣਾਏਗੀ ਜਾ ਕੇ, ਕਹਿੰਦੀ ਮੈਂ ਆਪਣਾ ਚੈਨਲ ਜਾ ਕੇ ਬਣਾਉਣਾ, ਮੈਂ ਆਪਣਾ 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 ਚੈਨਲ, ਮੈਂ ਕਿਹਾ ਮਾਂ ਨੂੰ ਵੀ ਥੋੜ੍ਹਾ ਫਾਇਦਾ ਦੇ ਦੇ, ਕਹਿੰਦੀ ਨਹੀਂ ਮੈਂ ਆਪਣਾ ਬਣਾਉਣਾ ਜੀ। ਬਿਲਕੁਲ ਜੀ, ਅੱਲਾ ਪਾਕ ਜੀ। ਉਹ ਨਾ ਮੇਰੇ ਭੈਣ ਬਾਈ ਉਹ ਨਾ ਦੂਸਰਾ ਇਸ ਵਾਸਤੇ ਨਹੀਂ ਹੁੰਦੀ ਹੈਗੀ, ਇੱਕ ਮੇਰੀ ਭੈਣਾਂ ਨੇ ਦੋ ਤਿੰਨਾਂ ਨੇ ਮੈਨੂੰ ਕਿਹਾ ਸੀਗਾ ਵੀ ਦੂਸਰਾ ਐਸ਼ਾ ਭੈਣ ਮੇਰੀ ਵੀ ਐਸ਼ਾ ਬੇਟੀ ਜਵਾਨ ਹੋਈ ਹੋਈ ਆ, ਤੂੰ ਵਲੌਗ ਵਿੱਚ ਹੁਣ ਕੰਮ ਲੈ ਕੇ ਆਇਆ ਕਰ। ਹਾਂਜੀ ਬਿਲਕੁਲ ਜੀ, ਆਪਣੇ ਘਰ ਵਾਲੀ ਹੋ ਜਾਏਗੀ ਤੇ ਫਿਰ ਆਪਣਾ ਹੋ ਜਾਊਗੀ ਜਿੱਦਾਂ ਮਰਜ਼ੀ ਆ। ਹਾਂਜੀ ਫਿਰ ਜਿੱਦਾਂ ਮਰਜ਼ੀ ਬਣਾਵੇ ਸਾਨੂੰ ਕੋਈ ਮਸਲਾ ਨਹੀਂ ਹੈਗਾ, ਤੇ ਆਪਣਾ ਅੱਲਾ ਪਾਕ ਉਹਨੂੰ ਹਮੇਸ਼ਾ ਖੁਸ਼ ਹੋ ਸ਼ਾਦੋ ਬਾਦ ਰੱਖੇ, ਸ਼ਾਦੀ ਤੋਂ ਬਾਅਦ ਵੀ ਅੱਲਾ ਪਾਕ ਉਹਨੂੰ ਸਿਹਤ ਵਾਲੀ ਲੰਬੀ ਜ਼ਿੰਦਗੀ ਔਰ ਸਾਡੇ ਵਿੱਚ ਆਪਣੇ ਭੈਣਾਂ ਭਰਾਵਾਂ ਵਿੱਚ ਪਿਆਰਾਂ ਵਿੱਚ ਅੱਲਾ ਪਾਕ ਉਹਨੂੰ ਖੁਸ਼ ਰੱਖੇ, ਸਾਡੀ ਦੁਆਵਾਂ ਸਾਡੀ ਧੀ ਦੇ ਨਾਲ ਨੇ। ਅੱਲਾ ਤਾਲਾ ਸਭ ਬੇਟੀਆਂ ਨੂੰ ਦੂਸਰਾ ਨੇਕ ਬਣਾਵੇ, ਤੰਦਰੁਸਤੀ ਦੇਵੇ, ਸਿਹਤ ਦੇਵੇ ਤੇ ਜ਼ਿੰਦਗੀ ਦੇ ਸਾਥੀ ਅੱਛੇ ਦੇਵੇ। ਆਮੀਨ ਜੀ ਆਮੀਨ। ਔਰ ਇੱਕ ਭੈਣ ਨੇ ਕਮੈਂਟ ਕੀਤਾ ਕਿ ਆਪ ਲੋਕਾਂ ਕੋ ਦੇਖ ਕਰ ਅੱਛਾ ਲੱਗਦਾ ਹੈ, ਜਬ ਆਪ ਲੋਕ ਮਿਲ ਜੁਲ ਕਰ ਰਹਤੇ ਹੈ, ਜਿਸ ਤਰ੍ਹਾਂ ਬਿਸਮਿਲ੍ਲਾ ਮੇ ਬਰਕਤ ਹੈ ਇਸੀ ਤਰ੍ਹਾਂ ਇਤਫਾਕ ਮੇ ਬਰਕਤ ਹੈ। ਮੈਂ ਬਿਸਮਿਲ੍ਲਾ ਕਰਕੇ ਭਾਵੇਂ ਥੋੜਾ ਹੀ ਖਾਣਾ ਹੋਵੇ ਨਾ, ਬਿਸਮਿਲ੍ਲਾ ਕਰਕੇ ਨੂੰ ਹੱਥ ਲਾਓ ਤਾਂ ਅੱਲਾ ਆਪ ਹੀ ਬਰਕਤ ਪਾਉਂਦਾ ਵਾ, ਜੇ ਤਾਂ ਇਕੱਠੇ ਮਿਲ ਕੇ ਬਣਾਈਏ ਤੇ ਮੇਰੇ ਭੈਣ ਬਾਈ ਬਹੁਤ ਹੀ ਬਰਕਤ ਆ, ਤੇ ਯਕੀਨ ਕਰਕੇ ਜਿਹੜੀਆਂ ਸਾਡੇ ਜਿੰਨੀਆਂ ਇੱਥੇ ਫੈਮਿਲੀਆਂ ਮਿਲ ਕੇ ਬਣਾਉਂਦੀਆਂ ਨਾ, ਤੇ ਯਕੀਨ ਕਰਕੇ ਮਿਲ ਕੇ ਬਣਾਉਂਦੇ ਹੁੰਦੇ ਤੇ ਬੁਗਜ਼ਨਾ ਦਿਲ ਵਿੱਚ ਹੁੰਦੇ ਤੇ ਹੁਣ ਤਰੱਕੀਆਂ ਹੋਈਆਂ ਹੋਣੀਆਂ ਸੀ। ਬਸ ਜੀ ਅੱਲਾ ਪਾਕ ਸਭ ਨੂੰ ਸਾਡੀ ਅੱਲਾ ਪਾਕ ਅੱਗੇ ਦੁਆ ਵਾ ਕਿ ਅੱਲਾ ਪਾਕ ਸਭ ਨੂੰ ਹਦਾਇਤ ਦੇਵੇ, ਅੱਲਾ ਪਾਕ ਸਭ ਨੂੰ ਆਪਣੇ ਜ਼ਮਾਨ ਦੇ ਵਿੱਚ ਰੱਖੇ, ਅੱਲਾ ਪਾਕ ਸਭ ਨੂੰ ਖੁਸ਼ ਰੱਖੇ, ਦੁਨੀਆ ਦੇ ਸਾਰੇ ਦੁੱਖ ਤਕਲੀਫਾਂ ਦੂਰ ਰੱਖੇ। ਆਮੀਨ ਸੁਮਾਮੀਨ। ਅੱਛਾ ਜੀ, ਇੱਕ ਭੈਣ ਨੇ ਕਮੈਂਟ ਕੀਤਾ ਵਾ ਅਬ ਆਪ ਜ਼ਿਆਦਾ ਵੀਡੀਓ ਉਜ਼ਮਾ ਕੇ ਘਰ ਬਣਾਤੇ ਹੈ ਤਾਂ ਫਾਇਦਾ ਚੱਕਣਾ ਹੀ ਚਾਹੀਦਾ। ਮੇਰੇ ਭੈਣ ਬਾਈ ਉਜ਼ਮਾ ਦੇ ਨਾਲ ਆ ਮੇਰਾ ਘਰ, ਤੇ ਫਿਰ ਮੈਂ ਉਜ਼ਮਾ ਕਲਿੱਪ ਵੀ ਪਾ ਲੈਂਦੀ ਹੁੰਦੀ ਹਾਂ, ਮੇਰੇ ਭੈਣ ਬਾਈ ਵੀ ਖੁਸ਼ ਹੁੰਦੇ, ਚਲੋ ਇੱਦਾਂ ਇੱਕੋ ਥਾਂ ਬੈਠ ਕੇ ਵਲੌਗ ਬਣਾ, ਕੋਈ ਉਜ਼ਮਾ ਦਾ ਪਾ ਲਿਆ, ਕੁਛ ਮੈਂ ਆਪਣਾ ਪਾ ਲਿਆ, ਕੁਛ ਮੈਂ ਵੀਡੀਓ ਬਾਹਰ ਦੀ ਬਣਾ ਲਈ, ਕੁਛ ਇੱਦਾਂ ਮਿਕਸ ਜੀ ਆਪਣੀ ਵੀਡੀਓ ਬਣਾ ਲੈਂਦੀ ਹੁੰਦੀ ਹਾਂ, ਕਿਉਂਕਿ ਉਜ਼ਮਾ ਦੇ ਨਾਲ ਮੇਰਾ ਘਰ ਆ, ਅਸੀਂ ਮਿਲ ਕੇ ਬਣਾ ਲਈ ਦੀ ਇੱਕ ਦੂਜੇ ਤੇ, ਅਸੀਂ ਤੁਹਾਨੂੰ ਉਹਨੂੰ ਖੁਦ ਹੀ ਆਖੀਦਾ, ਚਲੋ ਤੁਹਾਨੂੰ ਅਸੀਂ ਇਸ ਦਵਾ ਭੈਣ ਨੂੰ ਆਖੀਦਾ ਕਿ ਚਾਏ ਟਾਈਮ ਖਾਣਾ ਟਾਈਮ ਆਇਆ ਕਰੋ ਜਾਇਆ ਕਰੋ ਟਿਕਲੀ ਪਾਲਿਆ ਕਰੋ, ਠੀਕ ਹੈ ਕਿ ਆਪਣੇ ਬੈਂਬੀ ਨੂੰ ਕੰਮ ਕਰਨਾ ਬਹੁਤ ਅੱਛਾ ਲੱਗਦਾ, ਜਦੋਂ ਉਹਨਾਂ ਕੋਲ ਟਾਈਮ ਹੁੰਦਾ ਉਹ ਵੀ ਆਏ ਨੇ, ਜਦੋਂ ਸਾਡੇ ਕੋਲ ਟਾਈਮ ਹੁੰਦਾ ਅਸੀਂ ਚਲੇ ਜਾਈਦਾ। ਆਪਾਂ ਕਿ ਆਪ ਆਪਣੀ ਬੇਟੀ ਕੇ ਪਾਸ ਆ ਗਏ ਹੈ, ਸ਼ਾਦੀ ਕੇ 7 ਸਾਲ ਹੋ ਗਏ ਹੈ, ਦੁੱਖ ਦੇਖੇ ਮੇਰੇ ਮਾਂ ਬਾਪ ਨੇ ਮੇਰੇ ਅਬ, ਉਹਨਾਂ ਨੂੰ ਵੀ ਆਪਣਾ ਦੁੱਖ ਤਕਲੀਫ ਹੋ ਗਈ, ਉਹਨਾਂ ਨੇ ਬਾਈ ਦਾ ਨਾਲ ਸ਼ੇਅਰ ਕੀਤੀ, ਅੱਲਾ ਪਾਕ ਸਾਡੀ ਭੈਣ ਦੇ ਦੁੱਖ ਤਕਲੀਫ ਜਿਹੜੇ ਅੱਲਾ ਤਾਲਾ ਦੂਰ ਕਰੇ, ਪਰੇਸ਼ਾਨੀਆਂ ਟੈਨਸ਼ਨ ਅੱਲਾ ਤਾਲਾ ਦੂਰ ਕਰੇ, ਅਤੇ ਅੱਲਾ ਤਾਲਾ ਸਭ ਦੇ ਮਾਂ ਬਾਪ ਨੂੰ ਸਲਾਮਤ ਰੱਖੇ ਅਤੇ ਤੰਦਰੁਸਤੀ ਦੇਵੇ, ਸਿਹਤ ਦੇਵੇ, ਅਤੇ ਮੇਰੀ ਬੇਟੀ ਨੂੰ ਵੀ ਆਪਣੇ ਜ਼ਮਾਨ 'ਚ ਰੱਖੇ। ਅੱਛਾ ਜੀ, ਇੱਕ ਬਾਜੀ ਤੁਹਾਡੇ ਵਾਸਤੇ ਫਿਰ ਦੁਬਾਰਾ ਕਮੈਂਟ ਆ ਚੁੱਕਿਆ ਵਾ ਤੁਹਾਡੇ ਘਰ ਦੇ ਉੱਤੇ ਸੇਨ ਦੀ ਤਰਪਾਲ ਦਾ, ਬਾਈ ਉਹਨਾਂ ਨੂੰ ਤੁਹਾਡੀ ਗਰਮੀ ਨਾ ਜਿਹੜੀ ਨਾ ਗਰਮੀ ਬਹਿ ਕੇ ਜਾਂਡੀ ਉੱਡੀ ਕਰਦੇ ਉਹ ਬਰਦਾਸ਼ਤ ਨਹੀਂ ਹੋ ਜਾਏਗੀ ਭੈਣ ਬਾਈ ਉਹਨਾਂ, ਅਤੇ ਉਹਨਾਂ ਨੇ ਕਿਹਾ ਕਿ ਤੁਸੀਂ ਨਾ ਤਰਪਾਲ ਜਿਹੜੀਆਂ ਅਸਲਾਨ ਬੇਟਾ ਜਿਹਨਾਂ ਨੇ ਚਾਚੂ ਜ਼ਿੰਦਗੀ 'ਚ ਕੋਈ ਐਵੇਂ ਦਾ ਮਾਹੌਲ ਦੇਖਿਆ ਹੋਵੇ ਨਾ ਦੁੱਖ ਸੁੱਖ ਦਾ, ਅਤੇ ਉਹਨੂੰ ਪਤਾ ਹੁੰਦਾ ਕਿ ਕੀ ਹੁੰਦਾ, ਜਿਹਨਾਂ ਨੇ ਨਾ ਵੇਖਿਆ ਹੋਵੇ ਉਹਨਾਂ ਨੂੰ ਨਹੀਂ ਹੁੰਦਾ,
ਨੂੰ ਸਾਹਸ ਹੁੰਦਾ ਵਾ ਵੀ ਪਰਲੇ ਦਾ ਦੁੱਖ ਤਕਲੀਫ ਦਾ ਅਹਿਸਾਸ ਹੋ ਰਿਹਾ। ਚਲੋ ਬਹੁਤ ਸ਼ੁਕਰੀਆ ਮੇਰੇ ਭੈਣ ਦਾ, ਨਾ ਦੇਖਿਆ ਹੋਵੇ ਉਹਨਾਂ ਨੂੰ ਨਹੀਂ ਸਾਹਸ ਹੁੰਦਾ ਹੈ। ਹਾਂ ਮੇਰੇ ਭੈਣ ਦਾ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਮੇਰੀਆਂ ਧੀਆਂ ਨੂੰ, ਮੇਰੇ ਭੈਣ ਭਾਈਆਂ ਨੂੰ ਸਭ ਨੂੰ ਅੱਲਾਹ ਤਾਲਾ ਸਲਾਮਤ ਰੱਖੇ, ਤੰਦਰੁਸਤੀ ਦੇਵੇ, ਸਿਹਤ ਦੇਵੇ। ਮੈਨੂੰ ਬਹੁਤ ਸੋਹਣੇ ਕਮੈਂਟ ਕਰਦੇ ਆ ਤੇ ਮੇਰਾ ਦਿਲ ਜਦੋਂ ਪੜ੍ਹਦੇ ਆ ਮੇਰਾ ਦਿਲ ਬਹੁਤ ਖੁਸ਼ ਹੁੰਦਾ ਵਾ, ਦਿਲ ਬਾਗ ਬਾਗ ਹੋ ਜਾਂਦਾ ਵੀ ਦੁਆਵਾਂ ਨਿਕਲਦੀਆਂ ਯਕੀਨ ਕਰਕੇ ਜਾਣੀਓ। ਤੇ ਅੱਛਾ ਜੀ, ਮੇਰਾ ਵੀ ਹੋ ਚੱਲਾ ਵਾ ਤੇ ਅਸੀਂ ਸਾਡੀ ਅੱਜ ਦੀ ਵੀਡੀਓ, ਅਗਰ ਜੇ ਮੇਰੇ ਭੈਣ ਭਾਈਆਂ ਨੂੰ ਪਸੰਦ ਆਈ ਹੋਵੇ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਈਓ, ਕਮੈਂਟ ਬਾਕਸ ਵਿੱਚ ਸਾਨੂੰ ਇਸੇ ਤਰ੍ਹਾਂ ਹੀ ਫਿਰ ਦੱਸਿਓ ਵੀ ਸਾਡੀਆਂ ਗੱਲਾਂ ਬਾਤਾਂ ਤੁਹਾਡੀਆਂ ਅੱਛੀਆਂ ਆ, ਕਮੈਂਟ ਲੱਗੇ ਤਾਂ ਅਸੀਂ ਵੀ ਆਪਣੇ ਭੈਣ ਭਾਈਆਂ ਨਾਲ ਸ਼ੇਅਰ ਕੀਤੇ ਆ। ਅਤੇ ਅੱਲਾ ਪਾਕ ਮੇਰੇ ਭੈਣ ਭਾਈਆਂ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ ਅਤੇ ਬਿਮਾਰਾਂ ਨੂੰ ਸ਼ਿਫਾ ਦੇਵੇ, ਜਿਹੜਾ ਕੋਈ ਬੇਰੁਜ਼ਗਾਰ ਅੱਲਾ ਤਾਲਾ ਰੋਜ਼ ਵਸੀਲਾ ਦੇਵੇ, ਜਿਹੜਾ ਕੋਈ ਔਲਾਦ ਅੱਲਾ ਤਾਲਾ ਨੇਕ ਔਰ ਸਾਲੀਆ ਔਲਾਦ ਦੇਵੇ, ਜਿਹੜਾ ਬਿਮਾਰ ਅੱਲਾ ਤਾਲਾ ਕਾਮਲੇ ਸ਼ਿਫਾ ਦੇਵੇ, ਅੱਲਾ ਤਾਲਾ ਸਭ ਨੂੰ ਰਿਜ਼ਕੇ ਹਲਾਲ ਦੇਵੇ, ਜਿਹੜਾ ਕੋਈ ਬੇਕਾਰ ਅੱਲਾ ਤਾਲਾ ਨੂੰ ਆਪਣੀ ਬੈਠਣ ਦੀ ਛੱਤ ਦੇਵੇ, ਅੱਲਾ ਤਾਲਾ ਸਭ ਨੂੰ ਤੰਦਰੁਸਤੀ ਔਰ ਸਿਹਤ ਦੇਵੇ। ਅਤੇ ਫਿਰ ਮਿਲਾਂਗੇ ਨੈਕਸਟ ਵੀਡੀਓ ਵਿੱਚ, ਸਾਨੂੰ ਇਜਾਜ਼ਤ, ਅੱਲਾ ਹਾਫਿਜ਼, ਅੱਲਾ ਹਾਫਿਜ਼।